सो है गाइस, की हाल चाल सब लोग फुल सारे कैट होंगे। बहुत ही ज़्यादा खुशी है मैनू पर्सनली कि इहो जिहियां फिल्मां बनन लग गईयां ने। करतार सिंह सराभा जी दी लाइफ दे उत्ते फिल्म बनाई गई है, जिहड़ा कि यार वो बंदा बाला कैंट ही, बहुत ही कैंट बंदा ही वो। ठीक है, सराभा ऑफिशियल ट्रेलर अनटोल्ड स्टोरी ऑफ शहीद करतार सिंह सराभा जरूर सारे ने जाके चैक करनी है। एंड मैं लिंक डिस्क्रिप्शन में पाऊँगा, जरूर जाके खोलना सामने तो देखना है ना, समझनी है चीज़ की है। मैनूं पता ऐसी फिल्मां लोग घट ही देखना पसंद करते, बट बड़ी कमाल दियां फिल्मां होंदियां यार इदां दियां। लेट्स स्टार्ट। करतार सिंह पुत्र मंगल सिंह जट पिंड सराभा। ओके, पिंड सराभा ब्रिटिश इंडिया 1912। अमरीका तो लेकर ब्रिटिश इंडिया की धरती तक कोई इदां दी कारवाई ते जुर्म नहीं जिहदे विच तेरा नाम शामिल है, और तू अपने बचाव पक्ष कोई दलील नहीं दी जो साबित कर सके कि तू गुनेगार। What will you be doing in America? For my education, sir. Where would you like to study? Berkeley University, sir. From British India? Punjab. India, my country. British India, not your India. Okay, A मतलब accepted? ਇੰਨੀ ਮੀਰ ਨੂੰ ਅਸੀਂ ਮਰਨਾ। ਜਿਨ੍ਹਾਂ ਨੇ ਬਰਤਾਨਵੀ ਭਾਰਤੀ ਫੌਜ 'ਚ ਨੌਕਰੀ ਕੀਤੀ ਅਤੇ ਉਹਨਾਂ ਲਈ ਲੜਾਈਆਂ ਲੜੀਆਂ, ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਊ। ਮੇਰੇ ਸੇਵਾ ਨਹੀਂ, ਗੁਲਾਮ ਨਹੀਂ। ਇਹਨਾਂ ਫਿਰੰਗੀਆਂ ਖਿਲਾਫ ਹਿੰਦੂ, ਮੁਸਲਮਾਨ, ਸਿੱਖ ਸਭ ਨੂੰ ਮਿਲ ਕੇ ਜੰਗ ਲੜਨੀ ਪਵੇਗੀ। ਇੱਕ ਫਰੋਮ ਡਾਇਰੈਕਟਰਸ ਆਫ ਬਲੈਕ ਪ੍ਰਿੰਸ ਹੈ, ਪਿੱਛੇ ਸ਼ਾਇਦ ਲਿਖਿਆ ਹੋਇਆ ਸੀਗਾ। ਇੱਕ ਮਿੰਟ ਖੜ ਜਾਓ, ਟਰੂ ਸਟੋਰੀ ਤਾਂ ਹੈਗੀ ਹੋਇਆ। $200 ਇਹ ਕਿੱਥੋਂ? ਮੇਰੇ ਕਾਲਜ ਦੀ ਫੀਸ ਹੈ, ਉਹ ਹਲੇ ਇੰਤਜ਼ਾਰ ਕਰ ਸਕਦੇ, ਪਰ ਮੇਰਾ ਦੇਸ਼ ਨਹੀਂ। ਯੰਗ ਮੈਨ, ਵਾਹ ਕੀ ਬਾਤ ਹੈ ਯਾਰ, ਇਹਦਾ ਬਾਈ ਦਾ ਮੈਂ ਨਾਮ ਭੁੱਲ ਗਿਆ। ਮੇਰੇ ਕਾਲਜ ਦੀ ਇਹਨਾਂ ਦਾ ਇਹ ਵੀ ਪੰਜਾਬ ਦੇ ਪੁਰਾਣੇ ਵਧੀਆ ਕਲਾਕਾਰ ਦੀ ਫੀਸ ਹੈ, ਉਹ ਹਲੇ ਇੰਤਜ਼ਾਰ ਕਰ ਸਕਦੇ, ਪਰ ਮੇਰਾ ਦੇਸ਼ ਨਹੀਂ। ਯੰਗ ਮੈਨ, ਕਿਸਮਤ ਬਲਵਾਨ, ਤੇਰੇ ਤੋਂ ਕੁਝ ਵੱਡਾ ਹੀ ਕਰਾਉਣਾ ਚਾਹੁੰਦੀ ਹੈ। ਚਲੋ ਚੱਲੀਏ ਦੇਸ਼ ਮਾਯੁੱਧ ਕਰਨੇ, ਚਲੋ ਚੱਲੀਏ ਦੇਸ਼ ਮਾਯੁੱਧ ਕਰਨੇ। ਸਾਥੀਓ, ਆਜ਼ਾਦੀ ਦੇ ਬਿਗਲ ਦੀ ਗੂੰਜ ਦੁਨੀਆ ਦੇ ਹਰ ਕੋਨੇ ਵਿੱਚ ਸੁਣਾਈ ਦੇ ਰਹੀ ਹੈ। ਇਹ ਲਹਿਰ, ਗਦਰ ਲਹਿਰ, ਆਜ਼ਾਦੀ ਦੀ ਲਲਕਾਰ ਬਣ ਕੇ ਹੁਣ ਫਰੰਗੀਆਂ ਦੇ ਕੰਨਾਂ ਦੇ ਵਿੱਚ ਗੂੰਜੇਗੀ। ਦਿਨ ਰਾਤ ਇਸੀ ਕੰਮ ਲੱਗ ਰਹੇ ਹੋ? ਇਹ ਤਾਂ ਅਭੀ ਸ਼ੁਰੂਆਤ। ਮੌਤ ਹਲਕੀ ਮਨ ਡਰਨੀ, ਇਹ ਤਾਂ ਉਦੋਂ ਹੀ ਪਤਾ ਲੱਗੂ ਜਦੋਂ ਮੌਤ ਮੇਰੀਆਂ ਤੇ ਮੈਂ ਮੌਤ ਦੀਆਂ ਅੱਖਾਂ 'ਚ ਦੇਖੂ। ਵਾਹ ਕੀ ਬਾਤ, ਜਦੋਂ ਫਰੰਗੀ ਜ਼ਮੀਨ 'ਤੇ ਹੋਣਗੇ ਨਾ ਤਾਂ ਸਾਡਾ ਕਰਤਾਰਾ ਹਵਾ ਜੁੜ ਕੇ ਉਹਨਾਂ ਦੇ ਹਮਲੇ ਕਰੇ। ਯਾਰ ਇਹ ਬੰਦਾ ਨਾ ਬਹੁਤ ਖਤਰਨਾਕ ਹੈ। ਇਹ ਟ੍ਰੇਲਰ ਤੁਹਾਨੂੰ ਬਹੁਤ ਛੋਟੀ ਪਿਕਚਰ ਦਿਖਾਏਗਾ, ਜਦੋਂ ਤੁਸੀਂ ਫੁੱਲ ਪਿਕਚਰ ਦੇਖੋਗੇ ਨਾ, ਫੁੱਲ ਮੂਵੀ ਦੇਖੋਗੇ, ਤੁਹਾਨੂੰ ਸਮਝ ਆਊਗਾ ਕਿ ਬੰਦਾ ਕਿਵੇਂ ਪੂਰੇ ਯੂਰਪ 'ਚ ਇੱਕ ਵਾਰੀ ਯੁੱਧ ਛੇੜ ਆਇਆ ਸੀ ਗੋਰਿਆਂ ਦੇ ਖਿਲਾਫ, ਕਿਵੇਂ ਜਹਾਜ਼ ਸਿੱਖ ਆਇਆ ਸੀਗਾ। ਬਹੁਤ ਥੋੜ੍ਹੇ ਜਿਹੇ ਟਾਈਮ 'ਚ ਬੰਦੇ ਨੇ ਸਾਰਾ ਕੁਛ ਹੀ ਕਰਤਾ ਸੀਗਾ। ਤੂੰ ਜਹਾਜ਼ ਉਡਾਉਣੇ ਵੀ ਸਿੱਖੇਗਾ ਅਤੇ ਬਣਾਉਣੇ ਵੀ ਸਿੱਖੇਗਾ। ਸਾਡੀ ਲਹਿਰ ਨਾਲ ਜੁੜੋ, ਤੁਸੀਂ ਆਜ਼ਾਦੀ ਪਾਓਗੇ। ਮੇਰਾ ਪੁੱਤ ਭਗਤ ਸਿੰਘ। ਸਰਾਭਾ ਭਗਤ ਹੋਰਾਂ ਤੋਂ ਵੀ ਪਹਿਲਾਂ ਦਾ ਹੀ ਦੇਖ ਲਓ। ਸਾਡੀ ਮਾਤਰ ਭੂਮੀ, ਸਾਡਾ ਆਜ਼ਾਦ ਹਿੰਦੁਸਤਾਨ ਅਤੇ ਸਾਡਾ ਰਾਜ, ਜਿੱਥੇ ਅਸੀਂ ਆਪਣੀ ਤਕਦੀਰ ਆਪ ਲਿਖਾਂਗੇ। ਫਰੋਮ ਦ ਡਾਇਰੈਕਟਰਸ ਆਫ ਬਲੈਕ ਪ੍ਰਿੰਸ, ਸੋਚ ਲਓ ਕਿੱਡੀ ਵੱਡੀ ਫਿਲਮ ਹੋਏਗੀ। ਗੋਰਿਆਂ ਗੋਰੇ ਬਣਾ ਰਿਹਾ ਯਾਰ। ਕੀ ਗਦਰ, ਸਾਡਾ ਕੰਮ ਕੀ ਹੈ? ਗਦਰ ਲਾਇਰ, ਗਦਰ ਗਦਰ ਹੋ ਕਿੱਥੇ? ਹਿੰਦੁਸਤਾਨ ਵਿੱਚ। ਗਦਰ ਨੂੰ ਚਾਹੀਦਾ ਕੀ? ਹਿੰਦੁਸਤਾਨ ਦੀ ਧਰਤੀ। ਵੰਦੇ ਮਾਤਰਮ, ਵੰਦੇ ਮਾਤਰਮ। ਮੈਨੂੰ ਨਹੀਂ ਸੀ ਪਤਾ ਪੁੱਤ ਕਿ ਸਾਡੇ ਖੂਨ 'ਚ ਇੰਨੀ ਬਹਾਦਰੀ ਆ। ਪ੍ਰਧਾਨ ਜੀ, ਉਹ ਦਿਨ ਜ਼ਰੂਰ ਆਊਗਾ ਜਦੋਂ ਲੋਕ ਸਾਡੀਆਂ ਕੁਰਬਾਨੀਆਂ ਨੂੰ ਯਾਦ ਕਰਨਗੇ। ਹਿੰਦ ਵਾਸੀਓ ਰੱਖਣਾ, ਹੋ ਸਕਦਾ ਯਾਦ ਕਰਨਗੇ ਪਰ ਕਰਨਗੇ ਕੁਛ ਨਹੀਂ। ਅਜੇ 3 ਨਵੰਬਰ ਨੂੰ ਰਿਲੀਜ਼ ਹੋਣੀ ਆ, ਬਹੁਤ ਦੂਰ ਹੈ।
ਨਾ 3 ਮਹੀਨੇ ਪਹਿਲੇ ਟ੍ਰੇਲਰ ਪਾਤਾ, ਇਹਦਾ ਮਤਲਬ ਹੋਰ 1-2 ਟ੍ਰੇਲਰ ਆ ਸਕਦੇ ਨੇ ਯਾਰ। ਇਹ ਇਹ ਫਿਲਮ ਨੂੰ ਸਾਨੂੰ ਅੱਗੇ ਲੈ ਕੇ ਆਉਣਾ ਬਣਦਾ। ਦੇਖ ਲਓ ਇਹੋ ਜਿਹੀਆਂ ਫਿਲਮਾਂ ਵਾਸਤੇ ਨਾ ਸਾਡੇ ਕੋਲ ਵੱਡੇ ਬਜਟ ਨਹੀਂ ਹੈਗੇ, ਅਸੀਂ ਇਹੋ ਜਿਹੇ ਕਰੈਕਟਰਸ ਵਾਸਤੇ ਸਾਡੇ ਕੋਲ ਵੱਡੇ ਐਕਟਰਸ ਨਹੀਂ ਹੈਗੇ, ਸਾਡੇ ਕੋਲ ਇੱਦਾਂ ਦਾ ਹਿਸਾਬ ਕਿਤਾਬ ਨਹੀਂ ਹੈਗਾ ਕਿ ਅਸੀਂ ਇਹ ਫਿਲਮਾਂ ਨੂੰ ਵੱਡੇ ਲੈਵਲ 'ਤੇ ਲੈ ਜਾਈਏ, ਹੈ ਨਾ। ਊਧਮ ਸਿੰਘ ਜੀ ਦੀ ਫਿਲਮ ਬਣਾਈ ਗਈ, ਚਲੋ ਪ੍ਰਾਈਮ ਵੀਡੀਓ ਨੇ ਬਣਾ ਤੀ, ਵਿੱਕੀ ਕੌਸ਼ਲ ਹੋਰਾਂ ਨੇ, ਠੀਕ ਆ, ਤਾਂ ਉਹਦਾ ਬਜਟ ਵੱਡਾ ਹੋ ਗਿਆ। ਬਟ ਸਰਾਬਾ ਕਿਉਂ ਭੁੱਲ ਗਿਆ ਰੱਬਾ ਸਾਡੇ? ਸਰਾਬੇ ਦੀ ਕੋਈ ਛੋਟੀ ਘਾਲਣਾ ਨਹੀਂ ਹੈਗੀ, ਬਹੁਤ ਵੱਡਾ ਯੋਗਦਾਨ ਆ ਸਰਾਬੇ ਦਾ ਸਾਡੀ ਆਜ਼ਾਦੀ ਦੇ ਵਿੱਚ। ਖਿੱਚ ਕੇ ਰੱਖੋ ਯਾਰ, ਬਹੁਤ ਸੋਹਣਾ ਕੰਮ ਬਾਈ, ਬਹੁਤ ਸੋਹਣਾ। ਤੁਹਾਡਾ ਓਵਰਆਲ ਵਾਰਮ ਟੋਨ ਦਿੱਤੀ ਹੋਈ ਹੈ ਤੁਸੀਂ, ਹਲਕਾ ਜਿਹਾ ਬਲੂਇਸ਼ ਵੀ ਹੈਗਾ ਵਿੱਚ। ਉਸ ਤੋਂ ਬਾਅਦ ਜੇ ਆਪਾਂ ਦੇਖਿਆ ਜਾਵੇ ਤਾਂ ਇੱਕ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਮੈਨੂੰ ਇਸ ਫਿਲਮ ਦੀ ਵਧੀਆ ਲੱਗੀ ਨਾ, ਉਹ ਇਹ ਹੈਗੀ ਹੈ ਕਿ ਇਸ ਫਿਲਮ ਦੇ ਵਿੱਚ ਨਾ ਰੋ ਕਰੈਕਟਰਸ ਬਹੁਤ ਯੂਜ਼ ਕੀਤੇ ਗਏ ਨੇ। ਬਹੁਤ ਸਾਰੇ ਕਰੈਕਟਰਸ ਐਸੇ ਨੇ ਜਿਹੜੇ ਅਸੀਂ ਕਦੀ ਦੇਖੇ ਹੀ ਨਹੀਂ, ਸੋ ਅਸੀਂ ਰਿਲੇਟ ਕਰ ਪਾਵਾਂਗੇ। ਜਿਹੜੇ ਐਕਟਰਸ ਅਸੀਂ ਪਹਿਲਾਂ ਦੇਖੇ ਹੁੰਦੇ ਨੇ ਨਾ, ਵੈਸੇ ਉਹ ਕਿਤੇ ਨਾ ਕਿਤੇ ਇੱਦਾਂ ਹੋ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਇਹ ਤਾਂ ਇੱਦਾਂ ਦਾ ਹੈ, ਠੀਕ ਹੈ ਇਸ ਫਿਲਮ 'ਚ ਇੱਦਾਂ ਦੀ ਐਕਟ ਕਰ ਰਿਹਾ, ਬਟ ਉਹ ਕਿਤੇ ਨਾ ਕਿਤੇ ਆ ਜਾਂਦਾ ਥੋੜ੍ਹਾ ਬਹੁਤਾ ਹਿਸਾਬ ਕਿਤਾਬ। ਨਾਈਸ ਫਿਲਮ, ਨਾਈਸ ਸਟੋਰੀ ਟੈਲਿੰਗ, ਹਜੇ ਤੱਕ ਤਾਂ ਹਰ ਚੀਜ਼ ਦਿਖਾਤੀ ਉਹਨਾਂ ਨੇ। ਟ੍ਰੇਲਰ 'ਚ ਉਹਨਾਂ ਨੂੰ ਭਗਤ ਸਿੰਘ ਦਿਖਾਉਣਾ ਜ਼ਰੂਰੀ ਸੀ, ਕਿਉਂਕਿ ਸਰਾਬੇ ਨਾਲੋਂ ਜ਼ਿਆਦਾ ਲੋਕ ਆਪਣੇ ਇੰਡੀਆ ਦੇ ਲੋਕ ਭਗਤ ਸਿੰਘ ਨੂੰ ਯਾਦ ਕਰਦੇ ਆ, ਤਾਂ ਕਰਕੇ ਭਗਤ ਸਿੰਘ ਨਾਲ ਥੋੜ੍ਹੀ ਜਿਹੀ ਅਟਰੈਕਟਿਵ ਹੋਰ ਜ਼ਿਆਦਾ ਹੋ ਗਿਆ ਟ੍ਰੇਲਰ, ਹੈ ਨਾ। ਅਤੇ ਭਗਤ ਸਿੰਘ ਉਦੋਂ ਛੋਟਾ ਜਿਹਾ ਹੀ, 12-13 ਸਾਲਾਂ ਦਾ ਹੋਊਗਾ ਮੇਰੇ ਹਿਸਾਬ ਨਾਲ, ਅਤੇ ਦੇਖਦੇ ਹਾਂ ਕਿ ਕੀ ਬਣਦਾ। ਸਤਿ ਸ਼੍ਰੀ ਅਕਾਲ।